पंजाब में जहां जहरीली शराब से सैकड़ों लोग जान गंवा चुके हैं, इसी मामले को लेकर सत्ता पक्ष को विपक्ष आड़े हाथों ले रहा है। वहीं पर अभी शराब का अवैध धंधा करने वाले बाज नहीं आ रहे। शनिवार को मुख्यमंत्री के शहर पटियाला जिले के फाजलपुर इलाके में पानी के ट्यूबवेल पर दबकर अवैध शराब का धंधा किया जा रहा है। पुलिस ने ट्यूबवेल से कई शराब की अवैध पेटियां बरामद कर कार्रवाई शुरू कर दी है। सबसे बड़ी बात यह है कि इस शराब को पकड़वाने वाले स्पिरिट के कर्मचारी ने ही इस अवैध शराब के धंधे को पकड़वाया है। सर, तवज्जलपुर है कि सरकारी जगह के उपर शराब दी बोतल मिली है। यह सानू एक इतला मिली है जिसते असी मुकदमा दर्ज करके अगां दी तफ्तीश अमल विच लिआंदी जा रही है। कौन सी बंदे की कम करदे सी? इन्हां इन्वेस्टिगेशन दे दौरान एक गल जिवें सामने आऊगी असीं तुहानूं इहदे बारे अपडेट कर दांगे। हले फिलहाल असीं मुकदमा दर्ज करके अगां दी तफ्तीश कर रहे हां। करीब 7 दे करीब पेटियां ने, बाकी प्रॉपर काउंटिंग ਉੱਥੇ ਜਾ ਕੇ ਸਾਰੀ ਡਿਟੇਲ ਤੁਹਾਨੂੰ ਅਸੀਂ ਅਪਡੇਟ ਕਰਦੇ ਹਾਂ। ਸਰ, ਲੋਕਲ ਹੈ ਜਾਂ ਬਾਹਰਲੀ ਹੈ? ਮੇਰੇ ਹਿਸਾਬ ਨਾਲ ਤਾਂ ਬਾਹਰਲੀ ਹੈ, ਬਾਕੀ ਅਸੀਂ ਤੁਹਾਨੂੰ ਚੈੱਕ ਕਰਕੇ ਅਪਡੇਟ ਕਰਦੇ। ਹਾਂਜੀ ਭਾਅ ਜੀ, ਕੀ ਨਾਮ ਹੈ ਜੀ? ਕੀ ਵਾਰਦਾਤ ਹੋਈ ਹੈ ਜੀ ਸਾਰੀ? ਅਸੀਂ ਸਿੰਗਲਾ ਸਪਿਰਿਟਸ ਤੋਂ ਜੀ। ਇਹ ਇੱਥੇ ਗੁਰਬਖਸ਼ ਕਲੋਨੀ ਸਦਾ ਠੇਕਾ, ਇਹਦੇ ਨੇੜੇ ਅਸੀਂ ਇੱਥੇ 7 ਪੇਟੀਆਂ ਸ਼ਰਾਬ ਦੀਆਂ ਹਰਿਆਣਾ ਮਾਰਕਾ ਫੜਾਈਆਂ। ਪੁਲਿਸ ਹੁਣ ਮੌਕੇ ਤੋਂ ਲੈ ਕੇ ਗਈ ਹੈ ਇੱਥੇ ਸ਼ਰਾਬ। ਇਹ 6:30 ਵਜੇ ਠੇਕੇ ਜਿਹੜੇ ਬੰਦ ਹੋ ਜਾਂਦੇ ਨੇ, ਠੇਕੇ ਬੰਦ ਹੋਣ ਤੋਂ ਬਾਅਦ ਜਿਹੜੀ ਸ਼ਰਾਬ ਵਿਕਦੀ ਹੈ ਇਹ ਉਹ ਸ਼ਰਾਬ ਹੈ ਜਿਹੜੀ ਮਾਰਕੀਟ ਦੇ ਵਿੱਚ ਫਿਰ ਰਹੀ ਹੈ। ਇਸ ਚੀਜ਼ 'ਤੇ ਕੋਈ ਰੋਕਥਾਮ ਨਹੀਂ ਹੋ ਰਹੀ। ਠੇਕੇਦਾਰਾਂ ਨੂੰ ਹਰ ਪਾਸੇ ਅਟੈਕ ਕੀਤਾ ਜਾ ਰਿਹਾ। ਠੇਕੇਦਾਰਾਂ ਨੇ ਕਿਸ਼ਤਾਂ ਵੀ ਦੇਣੀਆਂ, ਫਿਰ ਵੀ ਠੇਕੇਦਾਰ ਬਦਨਾਮ ਨੇ। ਇਹ ਚੀਜ਼ਾਂ ਨੂੰ ਤੁਸੀਂ ਆਪ ਦੇਖਦੇ ਹੋ, ਤੁਹਾਡੇ ਤੁਸੀਂ ਜ਼ਿਆਦਾ ਘੁੰਮਦੇ ਹੋ ਸਾਡੇ ਨਾਲੋਂ, ਤੁਹਾਨੂੰ ਸਭ ਪਤਾ ਵੀ ਕਿੱਥੇ ਕਿੱਥੇ ਕੀ ਹੋ ਰਿਹਾ। ਕਿੰਨੀ ਪੇਟੀਆਂ ਸੀ ਸ਼ਰਾਬ? 7 ਪੇਟੀਆਂ ਸ਼ਰਾਬ ਦੀਆਂ ਹਰਿਆਣਾ ਮਾਰਕ ਦੀਆਂ ਫੜੀਆਂ ਗਈਆਂ ਨੇ। ਬੰਦੇ ਕੌਣ ਸੀ, ਕਿੰਨੇ ਬੰਦੇ ਸੀ? ਸਰਕਾਰੀ ਜਗ੍ਹਾ ਦੇ ਉੱਤੋਂ ਫੜੀਆਂ ਗਈਆਂ। ਕਿਹੜੀ ਹੈ ਸਰਕਾਰੀ ਜਗ੍ਹਾ? ਕਿਹੜੀ ਹੈ, ਕੀ ਚੀਜ਼? ਤੁਹਾਡੇ ਸਾਹਮਣੇ ਟਿਊਬਵੈਲ ਹੈ, ਇਹ ਟਿਊਬਵੈਲ ਦੇ ਕਮਰੇ ਦੇ ਉੱਪਰ ਫੜੀਆਂ ਗਈਆਂ 7 ਪੇਟੀਆਂ ਸ਼ਰਾਬ ਦੀਆਂ। ਕਿੰਨੇ ਬੰਦੇ ਫੜੇ ਨੇ ਨਾਲ? ਬੰਦੇ ਭੱਜ ਗਿਆ ਤੋਂ ਮੌਕੇ ਤੋਂ। ਪੁਲਿਸ, ਇੱਕ ਲੇਡੀ ਸੀ, ਬੰਦੇ ਸੀ, ਸਾਡੇ ਮੁੰਡਿਆਂ ਨੇ ਉੱਪਰ ਚੜ੍ਹ ਕੇ ਆਪ ਸ਼ਰਾਬ ਉਤਾਰੀ ਆ, ਉੱਥੇ ਥੈਲਿਆਂ 'ਚ ਭਰ ਕੇ ਰੱਖੀ ਹੋਈ ਸੀ ਸ਼ਰਾਬ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।